ਇਸ ਕਰਕੇ ਸਿਧਾਂਤ ਦੀ ਲੋੜ ਹੁੰਦੀ ਹੈ। ਤੁਹਾਨੂੰ ਸਿੱਖ ਧਰਮ ਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ, ਤੁਹਾਡੇ ਸਿੱਖੀ ਦੇ ਜਜ਼ਬਾਤ ਹੋਣੇ ਚਾਹੀਦੇ। ਅਸੀਂ ਕਿਸੇ ਧਰਮ ਨਾਲ ਨਫ਼ਰਤ ਨਹੀਂ ਕਰਾਂਗੇ, ਅਸੀਂ ਸਾਰਿਆਂ ਦਾ ਭਲਾ ਮੰਗਾਂਗੇ। ਔਰ ਉਹ ਸਿੱਖ ਨਹੀਂ ਹੈ ਜਿਹੜਾ ਕਿਸੇ ਧਰਮ ਨੂੰ ਮਾੜਾ ਕਹਿੰਦਾ, ਅਸੀਂ ਕਿਸੇ ਧਰਮ ਨੂੰ ਮਾੜਾ ਨਹੀਂ ਕਵਾਂਗੇ, ਪਰ ਅਸੀਂ ਆਪਣੇ ਧਰਮ ਬਾਰੇ ਜਾਗਰੂਕ ਹੋਵਾਂਗੇ। ਹਰ ਘਰ ਵਿੱਚ ਬਾਣੀ ਲੱਗੀ ਹੋਏ, ਹਰ ਘਰ ਵਿੱਚ ਕੋਈ ਨਸ਼ਾ ਨਾ ਹੋਏ, ਹਰ ਘਰ ਵਿੱਚ ਕੋਈ ਗੰਦੀ ਫਿਲਮ ਨਾ ਲੱਗੇ, ਪਿੰਡ ਵਿੱਚ ਡੀਜੇ ਨਾ ਵੱਜਣ, ਜਦੋਂ ਇਹ ਡੀਜੇ ਵੱਜੇ ਤੇ ਫਿਲਮਾਂ ਲੱਗੀਆਂ ਤੇ ਕੁੜੀਆਂ ਤੇ ਮੁੰਡਿਆਂ ਦੀ ਅਕਲ ਭ੍ਰਿਸ਼ਟ ਹੋ ਗਈ, ਫਿਰ ਕਤਲੋਗਾਰਤ ਹੋਣੀ ਸ਼ੁਰੂ ਹੋ ਗਈ, ਫਿਰ ਇੱਕ ਦੂਜੇ ਤੇ ਚੜ੍ਹਾਈ ਕਰਨੀ ਸ਼ੁਰੂ ਕਰ ਦਿੱਤੀ ਹੈ, ਤੇ ਲੱਭਿਆ ਕੱਖ ਨਹੀਂ ਸਾਨੂੰ। ਪੜ੍ਹਾਈ ਚ ਸਾਡੇ ਬੱਚੇ ਅੱਗੇ ਨਹੀਂ ਆ ਰਹੇ, ਇੱਥੇ ਡੀਸੀ ਲੱਗਣ, ਸਾਰੇ ਬਿਹਾਰ ਤੋਂ ਆ ਕੇ ਬੰਦੇ ਇੱਥੇ ਨੌਕਰੀ ਕਰਨ ਲੱਗੇ ਨੇ, ਤੇ ਸਾਡੇ ਵਿਚਾਰੇ ਨਕਲਾਂ ਮਾਰਦੇ ਨੇ ਤੇ ਗਾਣੇ ਲਾਉਂਦੇ ਨੇ, ਉਹ ਜਿਹੜੇ ਲਾਏ ਹੋਏ ਟਰੈਕਟਰਾਂ ਦੇ ਉੱਤੇ ਡੀਜੇ ਲੱਗੇ ਆ, ਜਿਹਦੇ ਨੂੰ ਜਾਣਾ ਨਹੀਂ ਡੀਜੇ, ਇਹਨਾਂ ਕੰਨਾਂ ਚੋਂ ਗੰਦ ਤੋਂ ਗੰਦ ਨਹੀਂ ਚੁੱਕਦੇ। ਉਹ ਬਾਣੀ ਸੁਣੋ, ਢਾਡੀਆਂ ਦੀਆਂ ਵਾਰਾਂ ਸੁਣੋ, ਪਤਾ ਨਹੀਂ ਕਿਹੜੇ ਟਾਈਮ ਤੁਹਾਡੀ ਇੱਥੋਂ ਜਾਨ ਨਿਕਲਣੀ ਹੈ, ਅੱਗੇ ਕਿਸੇ ਕਿਹੜੇ ਪਾਸੇ ਤੁਰਨਾ ਤੁਸੀਂ, ਨਾ ਤੁਸੀਂ ਉਸ ਰਸਤੇ ਦੀ ਜਾਣਕਾਰੀ ਲਈ ਹੈ ਗੁਰੂ ਕੋਲੋਂ,